ਉਹੀ ਮਾਹੌਲ ਦੁਬਾਰੇ ਚਮਕੀਲਾ ਆਊਗਾ ਹੁਣ ਇਸ ਥਾਂ ਤੇ ਦਲਜੀਤ ਦਸਾਂਝ ਦੇ ਰੂਪ ਦੇ ਵਿੱਚ ਕੰਧਾ ਕੋਠਿਆਂ ਨੂੰ ਜਿਹੜਾ ਰੰਗ ਕਰਤਾ 1988 ਦਾ ਜਿਹੜਾ ਦੁਬਾਰੇ ਕਰ ਉਹੀ ਸੇਮ ਬਣਾਤਾ ਚਮਕੀਲਾ ਜੀ ਤੇ ਅਮਰਜੋਤ ਜੀ ਨੇ ਰੋਟੀ ਖਾਧੀ ਤੇ ਉਦੋਂ ਬਾਅਦ ਜਿਹੜਾ ਉੱਥੇ ਸਾਹਮਣੇ ਗੱਡੀ ਖੜੀ ਸੀ ਉਦੋਂ ਬਾਅਦ ਐਂ ਜਿਹੜਾ ਚਲੇ ਗਿਆ ਉਹ ਸਾਹਮਣੇ ਘਰ ਵਾਲਿਆਂ ਦੇ ਵਿਆਹ ਸੀਗਾ ਤੇ ਉੱਥੇ ਜਿਹੜਾ ਪ੍ਰੋਗਰਾਮ ਸਟੇਜ ਵਗੈਰਾ ਲੱਗੀ ਹੋਈ ਸੀ ਤੇ ਇਹ ਬਾਈ ਜੀ ਤਾਂ ਨਹੀਂ ਗੱਡੀ ਵਿੱਚ ਬੈਠੇ ਗੱਡੀ ਦੇ ਵਿੱਚ ਜਿਹੜੀ ਭੀੜ ਸੀ ਉਹ ਜ਼ਿਆਦਾ ਸੀ ਥੋੜ੍ਹੀ ਜਿਹੀ ਹੈਨਾ ਵੀ ਲੋਕ ਬੰਦੇ ਸੀ ਜਿਹੜੇ ਜ਼ਿਆਦਾ ਸੀ ਤੇ ਇਹ ਬਾਈ ਜੀ ਜਿਹੜਾ ਇੱਥੋਂ ਐਂ ਤੁਰ ਕੇ ਗਏ ਸੀ ਤੇ ਉਹ ਜਦੋਂ ਜਿਹੜੇ ਖੰਬੇ ਲਵੇ ਪਹੁੰਚੇ ਤੇ ਬਾਈ ਨੇ ਦੇਖਿਆ ਵੀ ਜਿਹੜੀਆਂ ਉੱਥੇ ਗੋਲੀਆਂ ਚੱਲ ਪਈਆਂ ਸੀ ਤੇ ਉਧਰਲੇ ਪਾਸੋਂ ਜਿਹੜੀਆਂ ਗੋਲੀਆਂ ਚੱਲਣੀਆਂ ਸਟਾਰਟ ਹੋ ਗਈਆਂ ਇਸ ਥਾਂ ਤੇ ਜਿਹੜਾ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਤੇ ਇੱਥੇ ਜਿਹੜੀ ਉਹਨਾਂ ਦੀ ਡੈਥ ਹੋ ਗਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵੀ ਅੱਜ ਆਪਾਂ ਪਹੁੰਚਿਆ ਪਿੰਡ ਮੈਸਮਪੁਰ ਜਿੱਥੇ ਅਮਰ ਸਿੰਘ ਚਮਕੀਲੇ ਨੂੰ ਮਾਰਿਆ ਗਿਆ ਸੀ ਉਹ ਥਾਂ ਦਿਖਾਉਂਗਾ ਜਿੱਥੇ ਅਮਰ ਸਿੰਘ ਚਮਕੀਲਾ ਮਾਰਿਆ ਸੀ ਕਿੱਥੋਂ ਦੀ ਜਿਹੜੀ ਗੱਡੀ ਆਈ ਸੀ ਕਿੱਥੇ ਸਟੇਜ ਲੱਗੀ ਸੀ ਕਿੱਧਰੋਂ ਗੋਲੀਆਂ ਚੱਲੀਆਂ ਸੀ ਸਾਰੀ ਜਿਹੜਾ ਆ ਤੁਹਾਨੂੰ ਥਾਂ ਦਿਖਾਉਂਗਾ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਜਾਣਦੇ ਹੋ ਵੀ ਅਮਰ ਸਿੰਘ ਚਮਕੀਲਾ ਉਹਨਾਂ ਟਾਈਮਾਂ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਜੇ ਸਾਲ ਵਿੱਚ ਕਹਿੰਦੇ 365 ਦਿਨ ਹੁੰਦੇ ਸੀ ਤਾਂ ਅਖਾੜੇ ਸੀ ਜਿਹੜੇ ਅਮਰ ਸਿੰਘ ਚਮਕੀਲੇ ਦੇ 366 ਲੱਗਦੇ ਸੀ ਦੋ ਦੋ ਸਾਲ ਪਹਿਲਾਂ ਜਿਹੜਾ ਬੁੱਕ ਕਰਨਾ ਪੈਂਦਾ ਸੀ ਫਿਰ ਜਾ ਕੇ ਕਿਤੇ ਜਿਹੜਾ ਅਮਰ ਸਿੰਘ ਚਮਕੀਲੇ ਦਾ ਅਖਾੜਾ ਲੱਗਦਾ ਸੀ ਹੈ ਨਾ ਪਿੰਡ ਦੇ ਵਿੱਚ ਤਾਂ ਜੋ ਮੈਂ ਤੁਹਾਨੂੰ ਥਾਂ ਦਿਖਾਉਂਦਾ ਹੈਗਾ ਪਹਿਲਾਂ ਤਾਂ ਤੁਸੀਂ ਆਹ ਥਾਂ ਦੇਖੋ ਇਸ ਥਾਂ ਤੇ ਜਿਹੜੀ ਅਮਰ ਸਿੰਘ ਚਮਕੀਲੇ ਦੀ ਕਾਰ ਆ ਕੇ ਰੁਕੀ ਸੀ ਉਧਰ ਇੱਕ ਚਵਾਰਾ ਹੈ ਜਿੱਥੇ ਅਮਰ ਸਿੰਘ ਚਮਕੀਲੇ ਤੇ ਬੀਬਾ ਅਮਰਜੋਤ ਕੌਰ ਜੀ ਨੇ ਰੋਟੀ ਖਾਧੀ ਸੀ ਤੇ ਉਹ ਚਵਾਰਾ ਵੀ ਦਿਖਾਉਂਗਾ ਕਿੱਥੇ ਰੋਟੀ ਖਾਧੀ ਸੀ ਨਾ ਤੇ ਇਸ ਥਾਂ ਤੇ ਆ ਕੇ ਜਿਹੜੀ ਇਧਰੋਂ ਕਾਰ ਰੁਕੀ ਸੀ ਤੇ ਬੀਬਾ ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਜਦੋਂ ਉਤਰੇ ਤੇ ਉੱਥੇ ਜਿਹੜੀ ਸਾਹਮਣੇ ਸਟੇਜ ਲੱਗੀ ਹੋਈ ਸੀ ਉਹ ਥਾਂ ਤੇ ਇੱਧਰ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਸੀਗੀ ਤੇ ਉਧਰਲੇ ਪਾਸੋਂ ਜਿਹੜੀਆਂ ਗੋਲੀਆਂ ਚੱਲਣੀਆਂ ਸਟਾਰਟ ਹੋ ਗਈਆਂ ਇਸ ਥਾਂ ਤੇ ਜਿਹੜਾ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਤੇ ਇੱਥੇ ਜਿਹੜੀ ਉਹਨਾਂ ਦੀ ਡੈਥ ਹੋ ਗਈ ਤੇ ਜਿਹੜੇ ਸਾਜੀ ਸੀ ਉੱਤਰ ਕੇ ਗੱਡੀ 'ਚੋਂ ਉੱਥੇ ਤੱਕ ਵੱਗ ਗਏ ਸੀ ਤੇ ਤੁਸੀਂ ਜਾਣਦੇ ਹੋ ਨਾ ਇੱਕ ਸਾਜੀ ਦੀ ਵੀ ਜਿਹੜੀ ਡੈਥ ਹੋਈ ਸੀ ਤੇ ਆ ਜੋ ਆਪਾਂ ਤੁਹਾਨੂੰ ਇੱਧਰ ਦਿਖਾਉਂਦੇ ਹਾਂ ਤੇ ਇਸ ਥਾਂ ਤੇ ਜਿਹੜਾ ਬਹੁਤ ਜ਼ਿਆਦਾ ਇਕੱਠ ਸੀ ਉਸ ਵੇਲੇ ਇੱਧਰ ਇਕੱਠੇ ਇਕੱਠ ਸੀਗਾ ਪੂਰਾ ਇਸ ਥਾਂ ਤੇ ਜਿਹੜੀ ਸਟੇਜ ਲੱਗੀ ਸੀ ਚਮਕੀਲੇ ਜੀ ਨੂੰ ਸਟੇਜ ਤੇ ਜਿਹੜਾ ਚੜ੍ਹ ਨਹੀਂ ਦਿੱਤਾ ਸੀ ਉਸ ਵੇਲੇ ਪਹਿਲਾਂ ਹੀ ਜਿਹੜਾ ਜਦੋਂ ਗੱਡੀ ਦੇ ਵਿੱਚ ਉਤਰਿਆ ਨਾਲ ਦੀ ਨਾਲ ਜਿਹੜੀਆਂ ਗੋਲੀਆਂ ਚੱਲ ਪਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜਾ ਮੌਕੇ 'ਤੇ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਜੀ ਅਤੇ ਇੱਕ ਜਿਹੜਾ ਨਾਲ ਸਾਜੀ ਸੀ ਉਹਦੀ ਡੈਥ ਹੋ ਗਈ ਸੀ ਅਤੇ ਮੈਂ ਉਸ ਨੂੰ ਚਵਾਰਾ ਦਿਖਾਉਣਾ ਪਹਿਲਾਂ ਸਟੇਜ ਵੀ ਦਿਖਾਉਣਾ ਜਿੱਥੇ ਲੱਗੀ ਸੀ ਅਤੇ ਚਵਾਰਾ ਦਿਖਾਉਣਾ ਜਿੱਥੇ ਆਖਰੀ ਵਾਰ ਰੋਟੀ ਖਾਧੀ ਸੀ ਨਾ ਅਤੇ ਕਿੱਧਰੋਂ ਜਿਹੜੀ ਕਾਰ ਆਈ ਸੀ ਉਹ ਸਾਰੀ ਲੋਕੇਸ਼ਨ ਆਪਾਂ ਵੇਖਦੇ ਹਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ 1988 ਵਿੱਚ ਇਸ ਘਰ ਦੇ ਵਿੱਚ ਜਿਹੜਾ ਵਿਆਹ ਸੀਗਾ ਪੂਰਾ ਵਧੀਆ ਜਿਹੜਾ ਮਾਹੌਲ ਸਜਿਆ ਹੋਇਆ ਸੀ ਸਾਰੇ ਪਾਸੇ ਲੋਕਾਂ ਦੀ ਗਿਣਤੀ ਸੀ ਅਤੇ ਦੂਰੋਂ ਦੂਰੋਂ ਜਿਹੜੇ ਲੋਕ ਅਮਰ ਸਿੰਘ ਚਮਕੀਲੇ ਨੂੰ ਸੁਣਨ ਆਏ ਸੀਗੇ ਹੁਣ ਇਹ ਫੈਮਿਲੀ ਜਿਹੜੀ ਇੱਥੋਂ ਛੱਡ ਕੇ ਬਾਹਰ ਜਾ ਚੁੱਕੀ ਹੈ ਅਤੇ ਘਰ ਨੂੰ ਜਿੰਦਾ ਲੱਗ ਗਿਆ ਪਰ ਦੁਬਾਰੇ ਜਿਹੜਾ ਰੰਗ ਰੋਗਨ ਕਰਤਾ ਉਹੀ ਮਾਹੌਲ ਦੁਬਾਰੇ ਚਮਕੀਲਾ ਆਊਗਾ ਹੁਣ ਇਸ ਥਾਂ 'ਤੇ ਦਲਜੀਤ ਦਸਾਂਝ ਦੇ ਰੂਪ ਦੇ ਵਿੱਚ ਕੰਧਾ ਕੋਠਿਆਂ ਨੂੰ ਜਿਹੜਾ ਰੰਗ ਕਰਤਾ 1988 ਦਾ ਜਿਹੜਾ ਦੁਬਾਰੇ ਕਰ ਉਹੀ ਸੇਮ ਬਣਾਤਾ ਅਤੇ ਦੋਸਤੋ ਬਹੁਤ ਜਲਦ ਜਿਹੜਾ ਇੱਥੇ ਸ਼ੂਟਿੰਗ ਹੋਣ ਜਾ ਰਹੀ ਹੈ ਦਲਜੀਤ ਦਸਾਂਝ ਦੀ ਮੂਵੀ ਦੀ ਚਮਕੀਲਾ ਹੈ ਨਾ ਚਮਕੀਲੇ ਦੀ ਬਾਇਓਪਿਕ 'ਤੇ ਜਿਹੜਾ ਦਲਜੀਤ ਦਸਾਂਝ ਬਣਾ ਰਿਹਾ ਮੂਵੀ ਅਤੇ ਇਹ ਘਰ ਸੀ ਉਸ ਵੇਲੇ ਜਿਹੜਾ ਫੁੱਲ ਸਜਿਆ ਹੋਇਆ ਸੀ ਲੋਕ ਸਾਈਕਲਾਂ 'ਤੇ ਆਏ ਸੀ ਦੂਰੋਂ ਦੂਰੋਂ ਟਰਾਲੀਆਂ ਹੈ ਨਾ ਟਰੈਕਟਰਾਂ 'ਤੇ ਜਿਹੜੇ ਦੂਰੋਂ ਦੂਰੋਂ ਲੋਕ ਆਏ ਸੀ ਚਮਕੀਲੇ ਦਾ ਅਖਾੜਾ ਸੁਣਨ ਵਾਸਤੇ ਇੱਧਰਲੇ ਪਾਸੇ ਜਿਹੜਾ ਪੂਰਾ ਸਟੇਜ ਲੱਗੀ ਹੋਈ ਸੀ ਪੂਰਾ ਮਾਹੌਲ ਸੀਗਾ ਅਤੇ ਉੱਧਰਲੇ ਪਾਸੋਂ ਜਿਹੜੀ ਗੱਡੀ ਆਈ ਸੀ ਅਤੇ ਉੱਧਰੋਂ ਜਿਹੜੇ ਤਾੜਦਾਰ ਉਦੋਂ ਬਾਅਦ ਫਾਇਰਿੰਗ ਹੋਈ ਹੈ ਨਾ ਅਤੇ ਬੀਬਾ ਅਮਰਜੋਤ ਕੌਰ ਅਤੇ ਚਮਕੀਲੇ ਦੇ ਜਿਹੜੀਆਂ ਗੋਲੀਆਂ ਵੱਜੀਆਂ ਉਦੋਂ ਬਾਅਦ ਜਿਹੜੀ ਉਹਨਾਂ ਦੀ ਡੈਥ ਹੋ ਗਈ ਕਿਹੜੇ ਬੰਦੇ ਨੇ ਉਹਨਾਂ ਨੂੰ ਚੱਕਿਆ ਸੀ ਆਪਾਂ ਉਹ ਵੀ ਦਿਖਾਵਾਂਗੇ ਅਤੇ ਇੱਥੇ ਜਿਹੜੇ ਦੋ ਸਾਜੀ ਸੀ ਅਤੇ ਇੱਕ ਦੇਬੂ ਅਤੇ ਇੱਕ ਹੋਰ ਨਾਮ ਮੈਂ ਜਾਣਦਾ ਨਹੀਂ ਉਹਨਾਂ ਦੀ ਵੀ ਜਿਹੜੀ ਡੈਥ ਹੋ ਗਈ ਸੀ ਫਲੋਰਾ ਹਸਪਤਾਲ ਦੇ ਵਿੱਚ ਜਿਹੜਾ ਉਹਨਾਂ ਨੂੰ ਲਿਜਾਇਆ ਗਿਆ ਸੀਗਾ ਅਤੇ ਇਸ ਥਾਂ 'ਤੇ ਜਿਹੜੀ ਗੱਡੀ ਰੁਕੀ ਸੀ ਅਮਰ ਸਿੰਘ ਚਮਕੀਲੇ ਦੀ ਦੋਸਤੋ ਆ ਜੋ ਉਹ ਥਾਂ ਦੇਖਦੇ ਹਾਂ ਜਿੱਥੇ ਅਮਰ ਸਿੰਘ ਚਮਕੀਲੇ ਨੇ ਆਖਰੀ ਵਾਰ ਜਿਹੜੀ ਰੋਟੀ ਖਾਧੀ ਸੀ ਹੈ ਨਾ ਦੋਸਤੋ ਹੁਣ ਆਪਾਂ ਉਸ ਥਾਂ 'ਤੇ ਆ ਗਏ ਜਿੱਥੇ ਅਮਰ ਸਿੰਘ ਚਮਕੀਲੇ ਨੇ ਆਖਰੀ ਵਾਰ ਰੋਟੀ ਖਾਧੀ ਸੀ ਇੱਧਰ ਸਾਹਮਣੇ ਚਵਾਰਾ ਹੈ ਦਿਖਾਈ ਮਾੜਾ ਜਿਹਾ ਇਸ ਸਾਹਮਣੇ ਚਵਾਰੇ ਵਿੱਚ ਜਿਹੜੀ ਆਖਰੀ ਵਾਰ ਚਮਕੀਲੇ ਨੇ ਰੋਟੀ ਖਾਧੀ ਸੀ ਅਤੇ ਜਿਹੜੇ ਬਾਈ ਨੇ ਅਮਰ ਸਿੰਘ ਚਮਕੀਲੇ ਨੂੰ ਰੋਟੀ ਖਵਾਈ ਸੀ ਆਖਰੀ ਵਾਰ ਤਾਂ ਉਹ ਵੀ ਬਾਈ ਸਾਡੇ ਨਾਲ ਮੌਜੂਦ ਨੇ ਅਤੇ ਆ ਜਾਓ ਆਪਾਂ ਚਵਾਰੇ ਦੇ ਵਿੱਚ ਵੀ ਚੱਲਦੇ ਹਾਂ ਅਤੇ ਬਾਈ ਨਾਲ ਖੁੱਲ੍ਹ ਕੇ ਜਿਹੜੀਆਂ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਸਤਿ ਸ਼੍ਰੀ ਅਕਾਲ ਬਾਈ ਜੀ ਅਤੇ ਬਾਈ ਜੀ ਤੁਸੀਂ ਖਵਾਈ ਸੀ ਨਾ ਅਮਰ ਸਿੰਘ ਚਮਕੀਲੇ ਨੂੰ ਆਖਰੀ ਵਾਰ ਰੋਟੀ ਤਾਂ ਬਾਈ ਉਸ ਟਾਈਮ ਦੀਆਂ ਗੱਲਾਂ ਦੱਸੋ ਵੀ ਕੀ ਜਿਹੜੀ ਸਾਰੀ ਕਹਾਣੀ ਵਾਪਰੀ ਸੀ ਹੈ ਨਾ ਉਹ ਪਿੰਡੇ ਖੂਹ ਤੇ ਉੱਤੇ ਪ੍ਰਾਹੁਣੇ ਆਏ ਸੀਗੇ ਅੱਛਾ ਜੀ ਤਾਂ ਇੱਥੇ ਬਿਠਾਲਤਾ ਫਿਰ ਅੱਛਾ ਇੱਥੇ ਚਮਕੀਲਾ ਜੀ ਇੱਥੇ ਬਿਠਾਤੇ ਇੱਥੇ ਬਿਠਾਲਤਾ ਠੀਕ ਹੈ ਜੀ ਤੇ ਮੈਂ ਪ੍ਰਸ਼ਾਦਾ ਲੈ ਕੇ ਆਇਆ ਉੱਥੇ ਤੁਸੀਂ ਪ੍ਰਸ਼ਾਦਾ ਲੈ ਕੇ ਆਏ ਅੱਛਾ ਜੀ ਤੇ ਉੱਥੇ ਬੈਠੇ ਉਹਨਾਂ ਨੂੰ ਪ੍ਰਸ਼ਾਦਾ ਛਕਾਤਾ ਠੀਕ ਹੈ ਜੀ ਹਾਂਜੀ ਅੱਛਾ ਤੁਸੀਂ ਇੱਥੇ ਮਤਲਬ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਤੇ ਉਹ ਕਿੰਨੇ ਕੁ ਟਾਈਮ ਬਾਅਦ ਵਗ ਗਏ ਸੀ ਫਿਰ ਚਲੇ ਗਏ ਸੀ ਉੱਥੋਂ ਇੱਥੇ ਮਤਲਬ ਉਦੋਂ ਤਾਂ 12 ਵਜੇ ਆ ਗਏ ਸੀ 12 ਵਜੇ ਆ ਗਏ ਸੀ ਹਾਂ 2 ਵਜੇ ਗਏ ਇੱਥੋਂ ਵੀ 2 ਘੰਟੇ ਇੱਥੇ ਬਿਤਾਏ ਨੇ ਰਾਈਟ ਟਾਈਮ 2 ਵਜੇ ਅੱਛਾ 2 ਘੰਟੇ ਇੱਥੇ ਲਾ ਕੇ ਉਦੋਂ ਬਾਅਦ ਉੱਧਰ ਗਏ ਮਤਲਬ ਹੈ ਨਾ ਠੀਕ ਆ ਜੀ ਤੇ
ਨਹੀਂ ਮਾਹੌਲ ਤਾਂ ਉਦਾਂ ਹੀ ਬਹੁਤ ਸੀ ਜਨਤਾ ਤੋੜ ਗਈ। ਅੱਛਾ ਜੀ, ਜਨਤਾ ਬਹੁਤ ਸੀ। ਨਹੀਂ ਸੋਨੂੰ ਵੀ ਤਾਂ ਜਦੋਂ ਪਤਾ ਲੱਗਿਆ ਹੋਣਾ, ਤੁਸੀਂ ਇੱਥੇ ਸੀ ਕਿ ਉੱਥੇ ਬਹਿ ਗਏ ਸੀ? ਤਾਂ ਉੱਥੇ ਜਾਂਦਾ ਜੀ ਮੈਂ। ਅੱਛਾ ਜੀ, ਉੱਥੇ ਜਾਂਦਾ। ਅੱਛਾ, ਉਹ ਖੰਭੇ ਲਵੇ ਤੁਸੀਂ ਜਾਂਦੇ ਸੀ? ਮੈਂ ਗੱਡੀ 'ਚ ਬਹਿਣ ਲੱਗਾ ਸੀ ਅਸੀਂ। ਠੀਕ ਹੈ ਜੀ। ਹੁਣ ਬਾਹਰ ਗਿਆ ਮੁੰਡਾ ਉਹ, ਤਾਂ ਮੈਂ ਗੱਡੀ 'ਚ ਬਹਿਣ ਗਿਆ। ਇੱਕ ਬੰਦਾ ਸਾਡਾ ਹੋਰ ਪ੍ਰਾਹੁਣਾ ਆ ਗਿਆ। ਅੱਛਾ ਜੀ, ਅਸੀਂ ਤਿੰਨ ਹੋ ਗਏ। ਠੀਕ ਹੈ ਜੀ, ਬੰਦਾ ਬਾਹਰ ਗਿਆ। ਅੱਛਾ ਜੀ, ਤਾਂ ਉਹ ਫਿਰ ਚਲੇ ਗਏ ਇੱਧਰ ਦੀ। ਅੱਛਾ, ਤੁਸੀਂ ਉਹ ਚਮਕੀਲਾ ਜੀ ਦੀ ਗੱਡੀ ਦੇ ਵਿੱਚ ਬਹਿਣ ਲੱਗੇ ਸੀ? ਠੀਕ ਹੈ ਜੀ। ਅਤੇ ਆ ਜਾਓ ਆਪਾਂ ਉਹ ਚਵਾਰਾ ਦੇਖਦੇ ਹਾਂ ਦੋਸਤੋ, ਜਿੱਥੇ ਬਾਈ ਨੇ ਜਿਹੜੀ ਅਮਰ ਸਿੰਘ ਚਮਕੀਲਾ ਜੀ ਨੂੰ ਰੋਟੀ ਖਵਾਈ ਸੀ। ਅਤੇ ਆਇਓ ਚੱਲਦੇ ਹਾਂ। ਤਾਂ ਦੋਸਤੋ ਇਹ ਉਹ ਚਵਾਰਾ ਹੈ ਜਿੱਥੇ ਅਮਰ ਸਿੰਘ ਚਮਕੀਲਾ ਆਖਰੀ ਵਾਰੀ ਰੋਟੀ ਖਾਧੀ ਸੀ, ਅਤੇ ਇੱਥੇ ਜਿਹੜੇ 2 ਘੰਟੇ ਸੁੱਤੇ ਸੀ, ਅਤੇ ਉਦੋਂ ਬਾਅਦ ਜਿਹੜਾ ਇੱਥੋਂ ਉੱਧਰ ਗਏ ਸੀ ਨਾ ਸਾਹਮਣੇ, ਜਿਹੜਾ ਤੁਹਾਨੂੰ ਘਰ ਦਿਖਾਇਆ, ਅਤੇ ਇੱਥੋਂ ਗੱਡੀ ਦੇ ਵਿੱਚ ਬੈਠ ਕੇ ਗਏ ਸੀ। ਅਤੇ ਇਹ ਬਾਈ ਆਪਣੇ ਨਾਲ ਮੌਜੂਦ ਨੇ ਵੀ ਜਿਨ੍ਹਾਂ ਨੇ ਰੋਟੀ ਖਵਾਈ ਸੀ, ਜਿਨ੍ਹਾਂ ਨੇ ਜਿਹੜਾ ਸਾਰਾ 2 ਘੰਟੇ ਅਮਰ ਸਿੰਘ ਚਮਕੀਲੇ ਤੋਂ ਮਰਨ ਤੋਂ ਪਹਿਲਾਂ ਸਮਾਂ ਬਿਤਾਇਆ ਸੀਗਾ। ਕਿੱਥੇ ਸੁੱਤੇ ਸੀ ਅਮਰ ਸਿੰਘ ਚਮਕੀਲੇ? ਅਤੇ ਇਸ ਥਾਂ 'ਤੇ ਜਿਹੜਾ ਅਮਰ ਸਿੰਘ ਚਮਕੀਲੇ ਜੀ ਦਾ ਉਸ ਟਾਈਮ ਮੰਜਾ ਪਿਆ ਸੀਗਾ, ਅਤੇ ਇੱਥੇ ਬੈਠੇ ਸੀ 1.5-2 ਘੰਟੇ ਹੈ ਨਾ। ਉਦੋਂ ਬਾਅਦ ਬਾਈ ਰੋਟੀ ਖਾਧੀ, ਅਤੇ ਰੋਟੀ ਖਵਾਦੀ, ਅਤੇ ਤੁਸੀਂ ਗੱਡੀ 'ਚ ਬੈਠਦੇ ਸੀ, ਪਰ ਗੱਡੀ ਦੇ ਵਿੱਚ ਜਿਹੜਾ ਕੱਟ ਸੀ ਜ਼ਿਆਦੇ, ਮਤਲਬ ਵੀ ਤੁਸੀਂ ਨਹੀਂ ਬੈਠ ਸਕੇ, ਅਤੇ ਤੁਸੀਂ ਤੁਰ ਕੇ ਗਏ ਹੈ ਨਾ ਉੱਥੇ ਤੱਕ? ਠੀਕ ਹੈ ਜੀ। ਅਤੇ ਆ ਜਾਓ ਆਪਾਂ ਤੁਹਾਨੂੰ ਅੰਦਰੋਂ ਜਿਹੜਾ ਚਵਾਰਾ ਵੀ ਦਿਖਾ ਦਿੰਦੇ ਹਾਂ। ਅਤੇ ਇਹ ਉਹ ਚਵਾਰਾ ਗਾਈ ਜੀ ਜਿੱਥੇ ਆਖਰੀ ਟਾਈਮ ਜਿਹੜਾ ਚਮਕੀਲਾ ਜੀ ਨੇ ਸਮਾਂ ਬਿਤਾਇਆ ਸੀ 2 ਘੰਟੇ। ਅਤੇ ਅੱਜ ਵੀ ਦੇਖੋ ਉਸੇ ਤਰ੍ਹਾਂ ਜਿਹੜੀਆਂ ਬਾਰੀਆਂ ਖਿੜਕੀਆਂ ਪਈਆਂ ਨੇ, ਅਤੇ ਉਸੇ ਤਰ੍ਹਾਂ ਹੈ ਨਾ ਜਿਹੜਾ ਇੱਕ ਬਹੁਤ ਵੱਡੀ ਯਾਦ ਹੈ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਕੌਰ ਦੀ, ਅਤੇ ਜਿਹੜੀ ਕਦੇ ਵੀ ਆਪਾਂ ਭੁੱਲ ਨਹੀਂ ਸਕਦੇ ਹੈ ਨਾ। ਇਹ ਚਵਾਰਾ ਬਿਲਕੁਲ ਉਸੇ ਤਰ੍ਹਾਂ ਦੁਬਾਰੇ ਬਣਾਤਾ ਜਦੋਂ ਚਮਕੀਲੇ ਨੇ ਇਹਦੇ ਵਿੱਚ ਟਾਈਮ ਬਿਤਾਇਆ ਸੀ ਬਿਲਕੁਲ, ਕਿਉਂਕਿ ਫਿਲਮ ਦੀ ਸ਼ੂਟਿੰਗ ਬਹੁਤ ਜਲਦ ਹੋਣ ਜਾ ਰਹੀ ਹੈ ਚਮਕੀਲੇ 'ਤੇ, ਜਿਹੜੀ ਫਿਲਮ ਬਣ ਜਾ ਰਹੀ ਹੈ ਤੁਸੀਂ ਉਹਦੇ ਬਾਰੇ ਜਿਹੜੀ ਜਾਣਦੇ ਹੋ ਹੈ ਨਾ। ਅਤੇ ਬਹੁਤ ਜਲਦ ਦਲਜੀਤ ਦੋਸਾਂਝ ਇੱਥੇ ਆ ਕੇ ਜਿਹੜੀ ਫਿਲਮ ਬਣਾਊਗਾ, ਅਤੇ ਉਦੋਂ ਬਾਅਦ ਸਿਨੇਮੇਘਰਾਂ 'ਚ ਜਿਹੜੀ ਆਪਾਂ ਨੂੰ ਫਿਲਮ ਦੇਖਣ ਨੂੰ ਮਿਲੂਗੀ। ਤਾਂ ਦੋਸਤੋ ਜਦੋਂ ਇੱਥੋਂ ਇਦੋਂ ਬਾਅਦ ਚਮਕੀਲਾ ਜੀ ਅਤੇ ਅਮਰਜੋਤ ਜੀ ਨੇ ਰੋਟੀ ਖਾਧੀ, ਅਤੇ ਉਦੋਂ ਬਾਅਦ ਜਿਹੜਾ ਉੱਥੇ ਸਾਹਮਣੇ ਗੱਡੀ ਖੜੀ ਸੀ, ਉਦੋਂ ਬਾਅਦ ਐਂ ਜਿਹੜਾ ਚਲੇ ਗਿਆ ਉਹ ਸਾਹਮਣੇ ਘਰ ਵਾਲਿਆਂ ਦੇ ਵਿਆਹ ਸੀਗਾ, ਅਤੇ ਉੱਥੇ ਜਿਹੜਾ ਪ੍ਰੋਗਰਾਮ ਸਟੇਜ ਵਗੈਰਾ ਲੱਗੀ ਹੋਈ ਸੀ। ਅਤੇ ਇਹ ਬਾਈ ਜੀ ਤਾਂ ਨਹੀਂ ਗੱਡੀ ਵਿੱਚ ਬੈਠੇ, ਗੱਡੀ ਦੇ ਵਿੱਚ ਜਿਹੜੀ ਭੀੜ ਸੀ ਉਹ ਜ਼ਿਆਦਾ ਸੀ ਥੋੜ੍ਹੀ ਜਿਹੀ ਹੈ ਨਾ, ਵੀ ਲੋਕ ਬੰਦੇ ਸੀ ਜਿਹੜੇ ਜ਼ਿਆਦਾ ਸੀ। ਅਤੇ ਇਹ ਬਾਈ ਜੀ ਜਿਹੜਾ ਇੱਥੋਂ ਐਂ ਤੁਰ ਕੇ ਗਏ ਸੀ, ਅਤੇ ਉਹ ਜਦੋਂ ਜਿਹੜੇ ਖੰਭੇ ਲਵੇ ਪਹੁੰਚੇ, ਅਤੇ ਬਾਈ ਨੇ ਦੇਖਿਆ ਵੀ ਜਿਹੜੀਆਂ ਉੱਥੇ ਗੋਲੀਆਂ ਚੱਲ ਪਈਆਂ ਸੀ, ਅਤੇ ਉਦੋਂ ਬਾਅਦ ਜਿਹੜਾ ਬੀਬੀ ਅਮਰਜੋਤ ਕੌਰ ਜੀ ਚਮਕੀਲਾ ਜੀ ਅਤੇ 2 ਹੋਰ ਜਿਹੜੇ ਸਾਜੀ ਸੀ ਨਾਲ, ਉਹਨਾਂ ਦੀ ਜਿਹੜੀ ਮੌਕੇ 'ਤੇ ਡੈਥ ਹੋ ਗਈ ਸੀ, ਅਤੇ ਇਹ ਬਾਈ ਨੇ ਜਿਹੜੀਆਂ ਲਾਸ਼ਾਂ ਚੱਕੀਆਂ ਸੀ ਉਦੋਂ ਬਾਅਦ, ਅਤੇ ਫਲੋਰ ਜਿਹੜਾ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਹੈ ਨਾ। ਏਰੀਏ ਦੇ ਵਿੱਚ ਜਿੰਨਾ ਵੀ ਸਾਰੇ ਜਿਹੜਾ ਸੋਗ ਪੈ ਗਿਆ ਸੀ, ਕਿਉਂਕਿ ਚਮਕੀਲਾ ਇੱਕ ਬਹੁਤ ਵੱਡੀ ਸ਼ਖਸੀਅਤ ਸੀ ਉਸ ਵੇਲੇ ਦੀ, ਅੱਜ ਵੀ ਇੰਨਾ ਮਤਲਬ ਸਿੰਗਰ ਕਹਿ ਦਈਏ ਵੀ ਅੱਜ ਵੀ ਆਪਾਂ ਟੌਪ ਸਭ ਤੋਂ ਟੌਪ ਮੰਨਦੇ ਹਾਂ ਚਮਕੀਲੇ, ਤਾਂ ਉਸ ਵੇਲੇ ਤੁਸੀਂ ਵੇਖ ਲਓ ਵੀ ਕਿੱਡਾ ਜਿਹੜਾ ਨਾਮ ਹੋਊਗਾ ਨਾ ਚਮਕੀਲੇ ਦਾ। ਅਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਟਾਈਮ ਕੱਢਿਆ ਸਾਡੇ ਵਾਸਤੇ ਅਤੇ ਜਾਣਕਾਰੀ ਦਿੱਤੀ ਹੈ ਨਾ। ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।